ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਥੀਏਟਰ ਦੇ ਬਾਹਰ ਨੇ ਕਹਿ ਰਹੇ ਆ ਕਿ ਇਹ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਏਗਾ ਤਾਂ ਕਰਕੇ ਪੁਤਲਾ ਸਾੜਦੇ ਹੋਏ ਸਿੱਖ ਜਥੇਬੰਦੀਆਂ ਦੇ ਕਾਰਕੁਨ ਨੇ ਉਹ ਨਜ਼ਰ ਆ ਰਹੇ ਨੇ ਔਰ ਇਹੀ ਤਰਕ ਦੇ ਰਹੇ ਨੇ ਕਿ ਇਸ ਫਿਲਮ ਨੂੰ ਕਦੇ ਵੀ ਥੀਏਟਰ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾਏਗਾ ਔਰ ਨਾਅਰੇਬਾਜ਼ੀ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਲੋਕ ਨੇ ਉਹ ਨਜ਼ਰ ਆ ਰਹੇ ਨੇ ਕਹਿ ਰਹੇ ਕਿ ਐਮਰਜੈਂਸੀ ਮੂਵੀ ਹੈ ਇਸ ਦਾ ਡਟ ਕੇ ਵਿਰੋਧ ਕੀਤਾ ਜਾਏਗਾ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਆਖਿਰਕਾਰ ਮੰਗ ਕੀ ਹੈ ਕੀ ਮੁੱਖ ਮੰਗ ਹੈਗੀ ਤੁਹਾਡੀ ਕੰਗਣਾ ਰਣੌਤ ਦੀ ਮੂਵੀ ਨੂੰ ਲੈ ਕੇ ਕੰਗਣਾ ਰਣੌਤ ਆਪਸੀ ਭਾਈਚਾਰੇ 'ਚ ਫਰਕ ਪਾ ਰਹੀ ਹੈ ਉਹਦੇ 'ਤੇ ਕੇਸ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਮੂਵੀ ਸਾਰੇ ਦੇਸ਼ 'ਚ ਬੰਦ ਹੋਵੇ ਉਹ ਜਾਣ ਬੁੱਝ ਕੇ ਸਮਾਜਿਕ ਜਿਹੜੀ ਇੱਕ ਸੁਰਤਾ ਉਹਨੂੰ ਖਰਾਬ ਕਰ ਰਹੀ ਹੈ ਜਾਣ ਬੁੱਝ ਕੇ ਭਾਰਤੀ ਜਨਤਾ ਪਾਰਟੀ ਦੀ ਜੋ ਨੀਤੀ ਹੈ ਉਹਦੇ ਮੁਤਾਬਕ ਸਾਡੀ ਮੰਗ ਹੈ ਵੀ ਉਹਦੇ 'ਤੇ ਕੇਸ ਦਰਜ ਕੀਤਾ ਜਾਵੇ ਆਪਸੀ ਭਾਈਚਾਰੇ 'ਚ ਫਰਕ ਪਾਉਣ ਦਾ ਅਤੇ ਇਹਦੇ ਨਾਲ ਦੀ ਨਾਲ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਕੀ ਡਿਮਾਂਡ ਕੀ ਅਗਲੀ ਤੁਸੀਂ ਅੱਜ ਪੁਤਲਾ ਸਾੜਿਆ ਕੀ ਡਿਮਾਂਡ ਕੀ ਕਰਦੇ ਵਿੱਚ ਹਾਂਜੀ ਅੱਜ ਦੀ ਇਹ ਡਿਮਾਂਡ ਆ ਵੀ ਇਸ ਮੂਵੀ ਨੂੰ ਜਿਹੜਾ ਮੁੱਢੋਂ ਰੱਦ ਕੀਤਾ ਜਾਵੇ ਪੰਜਾਬ ਦੇ ਵਿੱਚ ਕਿਤੇ ਵੀ ਲਾਗੂ ਨਾ ਹੋਣ ਦਿੱਤੀ ਜਾਵੇ ਤਾਂ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਵੀ ਸਾਨੂੰ ਇਸ ਮੂਵੀ ਨੂੰ ਪੂਰਨ ਤੌਰ 'ਤੇ ਪੂਰੇ ਪੰਜਾਬ ਦੇ ਵਿੱਚ ਬੰਦ ਕਰ ਦੇਣਾ ਚਾਹੀਦਾ ਬਿਲਕੁਲ ਪੁਤਲੇ ਸਾੜੇ ਗਏ ਨੇ ਔਰ ਕਹਿ ਰਹੇ ਆ ਕਿ ਇਸ ਮੂਵੀ ਨੂੰ ਰੱਦ ਕੀਤਾ ਜਾਵੇ ਤਾਂ ਕਰਕੇ ਐਗੀਟੇਸ਼ਨ ਨੇ ਉਹ ਲਗਾਤਾਰ ਕੀਤਾ ਜਾ ਰਿਹਾ ਹੈਗਾ ਔਰ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਲਓ ਕਿ ਹੱਥਾਂ ਦੇ ਵਿੱਚ ਇਹ ਬੈਨਰ ਨੇ ਹੋਲਡਿੰਗ ਨੇ ਔਰ ਕਹਿ ਰਹੇ ਹੈ ਕਿ ਇਸ ਫਿਲਮ ਦਾ ਜਿਹੜਾ ਬਾਇਕਾਟ ਕੀਤਾ ਜਾਵੇ ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਨਾ ਕੀਤੀ ਜਾਵੇ ਤਾਂ ਕਰਕੇ ਤੁਹਾਨੂੰ ਤਸਵੀਰਾਂ ਇੱਕ ਵਾਰ ਮੌਲ ਦੇ ਬਾਹਰ ਦੀਆਂ ਦਿਖਾ ਰਿਹਾ ਜਿਸ ਜਗ੍ਹਾ ਦੇ ਉੱਪਰ ਫਿਲਮ ਰਿਲੀਜ਼ ਹੋਣੀ ਔਰ ਇਸੇ ਜਗ੍ਹਾ ਦੇ ਉੱਪਰ ਇਹ ਐਗੀਟੇਸ਼ਨ ਲਗਾਤਾਰ ਕਰ ਰਿਹਾ ਗੁਰਸੇਵਕ ਕੀ ਅਗਲੀ ਰਣਨੀਤੀ ਕੀ ਹੈ ਤੁਹਾਡੀ ਹਾਲਾਂਕਿ ਫਿਲਮ ਰਿਲੀਜ਼ ਹੋਣ 'ਚ ਟਾਈਮ ਹੈਗਾ ਅਗਲੀ ਰਣਨੀਤੀ ਇਹ ਜੀ ਅਸੀਂ ਬੇਨਤੀ ਕਰਦੇ ਹਾਂ ਜੋ ਸੈਂਸਰ ਬੋਰਡ ਆ ਵੀ ਜਿਹੜੀ ਇਹ ਮੂਵੀ ਆ ਐਮਰਜੈਂਸੀ ਆ ਇਸ ਵਿੱਚ ਸਾਡੇ ਸਿੱਖਾਂ ਦੇ ਅਕਸ ਨੂੰ ਜਿਹੜਾ ਤੋੜ ਮਰੋੜ ਕੇ ਜਿਹੜਾ ਪੇਸ਼ ਕੀਤਾ ਗਿਆ ਸਿੱਖਾਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਠੇਸ ਪਹੁੰਚਾਈ ਗਈ ਆ ਸੋ ਅਸੀਂ ਇਸਦਾ ਸਖਤ ਵਿਰੋਧ ਕਰਦੇ ਹਾਂ ਜੇ ਸਾਡੀ ਕਰਤਾਰ ਸਿੰਘ ਸਰਾਭਾ ਜਿਹੜੀ ਮੂਵੀ ਆ ਤਾਂ ਇੱਕ ਦਲਜੀਤ ਸਿੰਘ ਦੀ ਜਸਵੰਤ ਸਿੰਘ ਖਾਲੜਾ 'ਤੇ ਜੋ ਮੂਵੀ ਬਣਾਈ ਸੀ ਉਸ 'ਤੇ ਜੇ ਬੈਨ ਲੱਗ ਸਕਦਾ ਤਾਂ ਇਸ ਦੀ ਐਮਰਜੈਂਸੀ ਮੂਵੀ 'ਤੇ ਬੈਨ ਕਿਉਂ ਨਹੀਂ ਲੱਗ ਸਕਦਾ ਬਿਲਕੁਲ ਬੈਨ ਹੋਵੇ ਕਿ ਦੁਬਾਰਾ ਤੋਂ ਸੈਂਸਰ ਕੀਤਾ ਜਾਵੇ ਫਿਲਮ ਨੂੰ ਡਿਮਾਂਡ ਮੇਨ ਕੀ ਹੈ ਤੁਹਾਡੀ ਮੇਨ ਡਿਮਾਂਡ ਇਹ ਹੈ ਜੀ ਇਸ 'ਤੇ ਬੈਨ ਲੱਗਣਾ ਚਾਹੀਦਾ ਕਿਉਂਕਿ ਸਾਡੀ ਜਦੋਂ ਕਰਤਾਰ ਸਿੰਘ ਸਰਾਭਾ ਮੂਵੀ ਹੈ ਜੋ ਪਿੱਛੇ ਨਵੰਬਰ ਦੇ ਵਿੱਚ ਰਿਲੀਜ਼ ਹੋਣੀ ਸੀਗੀ ਉਹਨੂੰ ਬੈਨ ਕਰ ਦਿੱਤਾ ਗਿਆ ਸੀ ਆਬਜੈਕਸ਼ਨ ਮੇਨ ਕਿਸ ਚੀਜ਼ 'ਤੇ ਕਿਸੇ ਸੀਨ 'ਤੇ ਆਬਜੈਕਸ਼ਨ ਹੈ ਕਿਸ ਚੀਜ਼ 'ਤੇ ਆਬਜੈਕਸ਼ਨ ਸੀਨ 'ਤੇ ਆ ਦੇਖੋ ਸੰਤ ਬਾਬਾ ਜਿਹੜਾ ਜਰਨੈਲ ਸਿੰਘ ਜੀ ਸਾਡੇ ਭਿੰਡਰਾਂ ਵਾਲੇ ਆ ਉਹਨਾਂ ਦਾ ਜਿਹੜਾ ਅਕਸ ਆ ਉਹਨੂੰ ਤਰੋੜ ਮੋੜ ਕੇ ਜਿਹੜਾ ਪੇਸ਼ ਕੀਤਾ ਗਿਆ ਗਾ ਅਸੀਂ ਉਹ ਨਹੀਂ ਬਰਦਾਸ਼ਤ ਕਰਾਂਗੇ ਉਹਨਾਂ ਦਾ ਜਿਹੜਾ ਹੈਗਾ ਕੋਈ ਵੀ ਜਿਹੜਾ ਰੋਲ ਆ ਉਹ ਨਿਭਾ ਨਹੀਂ ਸਕਦਾ ਕਿਉਂਕਿ ਇੰਨੀ ਭਗਤੀ ਕੀਤੀ ਹੋਈ ਸੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਉਹਨਾਂ ਦੇ ਅਕਸ ਨੂੰ ਇਸ ਕਿਸ ਤਰ੍ਹਾਂ ਜਿਹੜਾ ਹੈਗਾ ਵੀ ਉਹ ਰੋਲ ਕੋਈ ਕਰ ਦਿੱਤਾ ਜਾਊਗਾ ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਥੀਏਟਰ ਦੇ ਬਾਹਰ ਨੇ ਕਹਿ ਰਹੇ ਆ ਕਿ ਇਹ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਏਗਾ ਤਾਂ ਕਰਕੇ ਪੁਤਲਾ ਸਾੜਦੇ ਹੋਏ ਸਿੱਖ ਜਥੇਬੰਦੀਆਂ ਦੇ ਕਾਰਕੁਨ ਨੇ ਉਹ ਨਜ਼ਰ ਆ ਰਹੇ ਨੇ ਔਰ ਇਹੀ ਤਰਕ ਦੇ ਰਹੇ ਨੇ ਕਿ ਇਸ ਫਿਲਮ ਨੂੰ ਕਦੇ ਵੀ ਥੀਏਟਰ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾਏਗਾ ਔਰ ਨਾਅਰੇਬਾਜ਼ੀ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਲੋਕ ਨੇ ਉਹ ਨਜ਼ਰ ਆ ਰਹੇ ਨੇ ਕਹਿ ਰਹੇ ਕਿ ਐਮਰਜੈਂਸੀ ਮੂਵੀ ਹੈ ਇਸ ਦਾ ਡਟ ਕੇ ਵਿਰੋਧ ਕੀਤਾ ਜਾਏਗਾ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਆਖਿਰਕਾਰ ਮੰਗ ਕੀ ਹੈ ਕੀ ਮੁੱਖ ਮੰਗ ਹੈਗੀ ਤੁਹਾਡੀ ਕੰਗਣਾ ਰਣੌਤ ਦੀ ਮੂਵੀ ਨੂੰ ਲੈ ਕੇ ਕੰਗਣਾ ਰਣੌਤ ਆਪਸੀ ਭਾਈਚਾਰੇ 'ਚ ਫਰਕ ਪਾ ਰਹੀ ਹੈ ਉਹਦੇ 'ਤੇ ਕੇਸ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਮੂਵੀ ਸਾਰੇ ਦੇਸ਼ 'ਚ ਬੰਦ ਹੋਵੇ ਉਹ ਜਾਣ ਬੁੱਝ ਕੇ ਸਮਾਜਿਕ ਜਿਹੜੀ ਇੱਕ ਸੁਰਤਾ ਉਹਨੂੰ ਖਰਾਬ ਕਰ ਰਹੀ ਹੈ ਜਾਣ ਬੁੱਝ ਕੇ ਭਾਰਤੀ ਜਨਤਾ ਪਾਰਟੀ ਦੀ ਜੋ ਨੀਤੀ ਹੈ ਉਹਦੇ ਮੁਤਾਬਕ ਸਾਡੀ ਮੰਗ ਹੈ ਵੀ ਉਹਦੇ 'ਤੇ ਕੇਸ ਦਰਜ ਕੀਤਾ ਜਾਵੇ ਆਪਸੀ ਭਾਈਚਾਰੇ 'ਚ ਫਰਕ ਪਾਉਣ ਦਾ
ਤੇ ਇਹਦੇ ਨਾਲ ਦੀ ਨਾਲ ਉਹਨੂੰ ਗ੍ਰਿਫਤਾਰ ਕੀਤਾ ਜਾਵੇ। ਕੀ ਡਿਮਾਂਡ ਕੀ ਅਗਲੀ ਤੁਸੀਂ ਅੱਜ ਪੁਤਲਾ ਸਾੜਿਆ, ਕੀ ਡਿਮਾਂਡ ਕੀ ਕਰਦੇ ਵਿੱਚ? ਹਾਂਜੀ, ਅੱਜ ਦੀ ਇਹ ਡਿਮਾਂਡ ਆ ਵੀ ਇਸ ਮੂਵੀ ਨੂੰ ਜਿਹੜਾ ਮੁੱਢੋਂ ਰੱਦ ਕੀਤਾ ਜਾਵੇ, ਪੰਜਾਬ ਦੇ ਵਿੱਚ ਕਿਤੇ ਵੀ ਲਾਗੂ ਨਾ ਹੋਣ ਦਿੱਤੀ ਜਾਵੇ। ਤਾਂ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਵੀ ਸਾਨੂੰ ਇਸ ਮੂਵੀ ਨੂੰ ਪੂਰਨ ਤੌਰ 'ਤੇ ਪੂਰੇ ਪੰਜਾਬ ਦੇ ਵਿੱਚ ਬੰਦ ਕਰ ਦੇਣਾ ਚਾਹੀਦਾ। ਬਿਲਕੁਲ, ਪੁਤਲੇ ਸਾੜੇ ਗਏ ਨੇ ਔਰ ਕਹਿ ਰਹੇ ਆ ਕਿ ਇਸ ਮੂਵੀ ਨੂੰ ਰੱਦ ਕੀਤਾ ਜਾਵੇ, ਤਾਂ ਕਰਕੇ ਐਗੀਟੇਸ਼ਨ ਨੇ ਉਹ ਲਗਾਤਾਰ ਕੀਤਾ ਜਾ ਰਿਹਾ ਹੈਗਾ। ਔਰ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਲਓ ਕਿ ਹੱਥਾਂ ਦੇ ਵਿੱਚ ਇਹ ਬੈਨਰ ਨੇ, ਹੋਲਡਿੰਗ ਨੇ, ਔਰ ਕਹਿ ਰਹੇ ਹੈ ਕਿ ਇਸ ਫਿਲਮ ਦਾ ਜਿਹੜਾ ਬਾਇਕਾਟ ਕੀਤਾ ਜਾਵੇ, ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਨਾ ਕੀਤੀ ਜਾਵੇ। ਤਾਂ ਕਰਕੇ ਤੁਹਾਨੂੰ ਤਸਵੀਰਾਂ ਇੱਕ ਵਾਰ ਮਾਲ ਦੇ ਬਾਹਰ ਦੀਆਂ ਦਿਖਾ ਰਿਹਾ, ਜਿਸ ਜਗ੍ਹਾ ਦੇ ਉੱਪਰ ਫਿਲਮ ਰਿਲੀਜ਼ ਹੋਣੀ ਔਰ ਇਸੇ ਜਗ੍ਹਾ ਦੇ ਉੱਪਰ ਇਹ ਐਗੀਟੇਸ਼ਨ ਲਗਾਤਾਰ ਕਰ ਰਿਹਾ। ਗੁਰਸੇਵਕ, ਕੀ ਅਗਲੀ ਰਣਨੀਤੀ ਕੀ ਹੈ ਤੁਹਾਡੀ, ਹਾਲਾਂਕਿ ਫਿਲਮ ਰਿਲੀਜ਼ ਹੋਣ 'ਚ ਟਾਈਮ ਹੈਗਾ? ਅਗਲੀ ਰਣਨੀਤੀ ਇਹ ਜੀ, ਅਸੀਂ ਬੇਨਤੀ ਕਰਦੇ ਹਾਂ ਜੋ ਸੈਂਸਰ ਬੋਰਡ ਆ ਵੀ ਜਿਹੜੀ ਇਹ ਮੂਵੀ ਹੈ ਐਮਰਜੈਂਸੀ ਹੈ, ਇਸ ਵਿੱਚ ਸਾਡੇ ਸਿੱਖਾਂ ਦੇ ਅਕਸ ਨੂੰ ਜਿਹੜਾ ਤੋੜ ਮਰੋੜ ਕੇ ਜਿਹੜਾ ਪੇਸ਼ ਕੀਤਾ ਗਿਆ, ਸਿੱਖਾਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਠੇਸ ਪਹੁੰਚਾਈ ਗਈ ਆ, ਸੋ ਅਸੀਂ ਇਸਦਾ ਸਖ਼ਤ ਵਿਰੋਧ ਕਰਦੇ ਹਾਂ। ਜੇ ਸਾਡੀ ਕਰਤਾਰ ਸਿੰਘ ਸਰਾਭਾ ਜਿਹੜੀ ਮੂਵੀ ਆ, ਤਾਂ ਇੱਕ ਦਲਜੀਤ ਸਿੰਘ ਦੀ ਜਸਵੰਤ ਸਿੰਘ ਖਾਲੜਾ 'ਤੇ ਜੋ ਮੂਵੀ ਬਣਾਈ ਸੀ, ਉਸ 'ਤੇ ਜੇ ਬੈਨ ਲੱਗ ਸਕਦਾ ਤਾਂ ਇਸ ਦੀ ਐਮਰਜੈਂਸੀ ਮੂਵੀ 'ਤੇ ਬੈਨ ਕਿਉਂ ਨਹੀਂ ਲੱਗ ਸਕਦਾ? ਬਿਲਕੁਲ, ਬੈਨ ਹੋਵੇ ਕਿ ਦੁਬਾਰਾ ਤੋਂ ਸੈਂਸਰ ਕੀਤਾ ਜਾਵੇ ਫਿਲਮ ਨੂੰ, ਡਿਮਾਂਡ ਮੇਨ ਕੀ ਹੈ ਤੁਹਾਡੀ? ਮੇਨ ਡਿਮਾਂਡ ਇਹ ਆ ਜੀ, ਇਸ 'ਤੇ ਬੈਨ ਲੱਗਣਾ ਚਾਹੀਦਾ, ਕਿਉਂਕਿ ਸਾਡੀ ਜਦੋਂ ਕਰਤਾਰ ਸਿੰਘ ਸਰਾਭਾ ਮੂਵੀ ਹੈ ਜੋ ਪਿੱਛੇ ਨਵੰਬਰ ਦੇ ਵਿੱਚ ਰਿਲੀਜ਼ ਹੋਣੀ ਸੀਗੀ, ਉਹਨੂੰ ਬੈਨ ਕਰ ਦਿੱਤਾ ਗਿਆ ਸੀ। ਆਬਜੈਕਸ਼ਨ ਮੇਨ ਕਿਸ ਚੀਜ਼ 'ਤੇ, ਕਿਸੇ ਸੀਨ 'ਤੇ ਆਬਜੈਕਸ਼ਨ ਹੈ? ਕਿਸ ਚੀਜ਼ 'ਤੇ ਆਬਜੈਕਸ਼ਨ? ਸੀਨ 'ਤੇ ਆ, ਦੇਖੋ ਸੰਤ ਬਾਬਾ ਜਿਹੜਾ ਜਰਨੈਲ ਸਿੰਘ ਜੀ ਸਾਡੇ ਭਿੰਡਰਾਂ ਵਾਲੇ ਆ, ਉਹਨਾਂ ਦਾ ਜਿਹੜਾ ਅਕਸ ਆ ਉਹਨੂੰ ਤਰੋੜ ਮੋੜ ਕੇ ਜਿਹੜਾ ਪੇਸ਼ ਕੀਤਾ ਗਿਆ ਗਾ, ਅਸੀਂ ਉਹ ਨਹੀਂ ਬਰਦਾਸ਼ਤ ਕਰਾਂਗੇ। ਉਹਨਾਂ ਦਾ ਜਿਹੜਾ ਹੈਗਾ ਕੋਈ ਵੀ ਜਿਹੜਾ ਰੋਲ ਆ ਉਹ ਨਿਭਾ ਨਹੀਂ ਸਕਦਾ, ਕਿਉਂਕਿ ਇੰਨੀ ਭਗਤੀ ਕੀਤੀ ਹੋਈ ਸੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਉਹਨਾਂ ਦੇ ਅਕਸ ਨੂੰ ਇਸ ਕਿਸ ਤਰ੍ਹਾਂ ਜਿਹੜਾ ਹੈਗਾ ਵੀ ਉਹ ਰੋਲ ਕੋਈ ਕਰ ਦਿੱਤਾ ਜਾਊਗਾ?